तकरीबन 4:30 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਇੱਕ ਮੰਦਭਾਗੀ ਹਿਰਦੇ ਵੇਰ ਦੀ ਘਟਨਾ ਵਾਪਰੀ ਹੈ। ਉਹਨੇ ਸਵੇਰੇ ਕਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਤਖ਼ਤ ਸਾਹਿਬ 'ਤੇ ਹੋ ਰਿਹਾ ਸੀ, ਰਾਗੀ ਸਿੰਘ ਔਰ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਖੜ੍ਹੀ ਹੋਈ। ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਾਹਰਲੇ ਪਾਸੇ ਖੜ੍ਹ ਕੇ ਉਹਨੇ ਸਿਗਰਟ ਜਲਾਈ ਔਰ ਸਿਗਰਟ ਦਾ ਧੂੰਆਂ ਆਪਣੇ ਮੂੰਹ ਵਿੱਚ ਭਰ ਕੇ, ਜਿਹੜੀ ਸਿਗਰਟ ਸੀ ਉਹ ਰਾਗੀ ਸਿੰਘ ਜਿੱਥੇ ਖੜ੍ਹੇ ਬੈਠੇ ਸਨ ਉਸ ਸਥਾਨ ਦੇ ਉੱਤੇ ਸਿਗਰਟ ਸੁੱਟ ਦਿੱਤੀ ਔਰ ਜਿਹੜਾ ਧੂੰਆਂ ਸੀ ਉਹ ਰਾਗੀ ਸਿੰਘਾਂ ਵੱਲੋਂ ਪ੍ਰੈਸ਼ਰ ਜਿਹੜਾ ਸੀ ਉਹਦੇ ਮੂੰਹ ਵਿੱਚ ਭਰਿਆ ਹੋਇਆ ਉਹਨੇ ਰਾਗੀ ਸਿੰਘਾਂ ਵੱਲੋਂ ਮਾਰਿਆ ਔਰ ਸਾਡੇ ਜਿਹੜੇ ਸੇਵਾਦਾਰ ਔਰ ਪੁਲਿਸ ਦੇ ਮੁਲਾਜ਼ਮ ਸਨ ਉਹਨਾਂ ਨੇ ਉਹਨੂੰ ਫੜ ਕੇ ਅਤੇ ਪੁਲਿਸ ਦੇ ਹਵਾਲੇ ਕੀਤਾ। ਬਹੁਤ ਸਾਰੀਆਂ ਘਟਨਾਵਾਂ ਐਸੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਔਰ ਹਮੇਸ਼ਾ ਹੀ ਪੁਲਿਸ ਵੱਲੋਂ ਇਹ ਕਹਿ ਕੇ